ਤੇਰੇ ਪਰੋਸ ਪਿਆਰੇ ਮੈਂ ਲਾਡ ਲਡਾਇਆ ਤੇਰੇ ਪਰੋਸੇ
ਹਰ ਪਿਤਾ ਮਾਇਆ ਉਹਨੇ ਚੂਕੇ ਬਾਰਕ ਬਾਰਕ ਹਰ ਪਿਤਾ ਮਾਇਆ ਉਹਨੇ ਚੂਕੇ ਬਾਰਕ ਤੂੰ ਹਰ ਪਿਤਾ ਹਮਾਨ ਤਾਣ ਕਰੂ ਤੇਰਾ ਹਾਂ ਜਾਣੋ ਪਿਤਾ ਹੋ ਜਾਣੋ ਨਹੀਂ ਤੇਰੀ ਕਵਨ ਜੁਗਤਾ ਤੇਰੀ ਕਵਨ ਜੁਗਤਾ ਪਿਤਾ ਹੋ ਜਾਣੋ ਨਹੀਂ ਤੇਰੀ ਕਵਨ ਜੁਗਤਾ ਹੋ ਤੇਰੀ ਕਵਨ ਜੁਗਤਾ ਪਿਤਾ ਹੋ ਜਾਣੋ ਨਹੀਂ ਤੇਰੀ ਕਵਨ ਜੁਗਤਾ ਜੁਗਤਾ
ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਪਿਤਾ ਹੋਂ ਜਾਣੋ ਨਾਹੀ ਬੰਧਨ ਮੁਕਤ ਸੰਤੋ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਮੇਰੀ ਰਾਖੈ ਮਮਤਾ ਮੈਂ
तेरे परोस प्यारे मैं लाड लड़ाया। पढ़ लो तेरे परोस प्यारे मैं लाड लड़ाया। जी तेरे परोस प्यारे मैं लाड लड़ाया। ਇੱਕ ਸ਼ਬਦ ਦਾ ਹੋਰ ਗਾਇਨ ਕਰੀਏ ਜੀ। ਕਈ ਸ਼ਬਦਾਂ ਦੇ ਹੁਕਮ ਹੁੰਦੇ ਹਨ ਪਰ ਸਾਨੂੰ ਇਹ ਦੇਖਣਾ ਪੈਂਦਾ ਕਿ ਸਕੇਲ ਬਹੁਤਾ ਨੀਵਾਂ ਨਾ ਰਹਿ ਜਾਏ। ਹਾਲਾਂਕਿ ਮੈਂ ਜ਼ਿਆਦਾ ਉੱਚਾ ਗਾਉਂਦਾ ਨਹੀਂ ਕਿਉਂਕਿ ਜੇ ਇਕੱਲੇ ਲੱਗੇ ਹੋਈਏ ਤਾਂ ਫਿਰ ਗੱਲ ਹੋਰ ਹੁੰਦੀ। ਜਦੋਂ ਆਤਮਰਸ ਕੀਰਤਨ ਹੋਵੇ ਤਾਂ ਉਦੋਂ ਕੁਛ ਸ਼ੈਲੀ ਬਦਲਣੀ ਪੈਂਦੀ ਹੈ। ਪੜ੍ਹੀਏ ਜੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਸਾਰੇ ਪੜ੍ਹਿਓ ਕੋਈ ਰਸਨਾ ਵਾਂਝੀ ਨਾ ਰਹੇ। ਜਪਣ ਦੇ ਨਾਲ ਬਿਰਤੀ ਹੋਰ ਬਣਦੀ ਹੈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਬੁਰਾਈ ਦੇ ਬੁਝਾਈ ਬੁਰਾਈ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸਭਨਾ ਕਾਇਕ ਦਾਤਾ ਸਭਨਾ ਜੀਆ ਕਾਇਕ ਦਾਤਾ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰਾਇਕ ਦੇਹਿ ਬੁਝਾਈ ਬੁਝਾਈ
ਆਪੇ ਆਪ ਨਿਰੰਜਨ ਸਾਏ ਆਪੇ ਸਾਰੇ ਕੀਤਾ ਆਪੇ ਮਨ ਰੱਖੀਏ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਦੁੱਖ ਪਰ ਹਰ ਸੁਖ ਕਰ ਲੈ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਜਨ ਨਾਨਕ ਸੁਖ ਕਰ ਆਇਆ
ਗਾਵੀਏ ਸੁਣੀਏ ਗਾਵੀਏ ਸੁਣੀਏ ਮਨ ਰੱਖੀਏ ਮਨ ਰੱਖੀਏ ਗਾਵੀਏ ਸੁਣੀਏ ਮਨ ਰੱਖੀਏ ਪਾਉ ਗਾਵਤੇ ਉਧਰੇ ਸੁਣਤੇ ਉਧਰੇ ਬਿਨ ਸੇ ਪਾਪ ਘਨੇਰੇ ਗਾਵਤੇ ਉਧਰੇ ਸੁਣਤੇ ਉਧਰੇ ਬਿਨ ਸੇ ਪਾਪ ਘਨੇ ਪਸ਼ੂ ਪਰੇਤ ਮੁਗਨ ਕੋਤਾਰ ਪਾਹੰ ਪਾਰ ਉਤਾਰੇ ਗਾਵੀਏ ਸੁਣੀਏ ਮਨ ਰੱਖੀਏ ਭਾਵ ਮਨ ਰੱਖੀਏ ਦੁੱਖ ਪਰ ਹਰ ਸੁੱਖ ਕਰ ਲੈ ਜਾਏ 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 ਗਾਵੀਏ ਸੁਣੀਏ ਮਨ ਰੱਖੀਏ ਰਹਿਆ ਸੁਹਾਗ ਗੁਰਾ 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 ਗੁਰਾ
ਸਤਿਗੁਰ ਜੀ ਮੈਨੂੰ ਇਹ ਸਮਝ ਬਖਸ਼ਿਸ਼ ਕਰ। ਕਿਹੜੀ ਸਮਝ? ਕਿ ਸਾਰਿਆਂ ਜੀਆਂ ਦਾ ਤੂੰ ਇੱਕੋ ਹੀ ਦਾਤਾ ਹੈ, ਅਸੀਂ ਤੇਰੇ ਸਾਰੇ ਏਕ ਪਿਤਾ ਏਕ ਸਕੇ ਹਮ ਬਾਰਕ। ਇਹ ਮੈਨੂੰ ਕਿਤੇ ਸਮਝ ਪੈ ਜਾਵੇ ਅਤੇ ਧਰਮਾਂ ਦਾ ਜਿਹੜਾ ਰੌਲਾ ਹੈ ਇਹ ਸਭ ਖਤਮ ਹੋ ਜਾਏਗਾ। ਸਭ ਤੋਂ ਉੱਚਾ ਧਰਮ ਹੀ ਇਹੀ ਹੈ ਕਿ ਨੇਕ ਕਰਮ ਕਰਨੇ ਅਤੇ ਵਾਹਿਗੁਰੂ ਦਾ ਨਾਮ ਜਪਣਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ
ਨਿਰਮਲ ਕਰਮ, ਇਹ ਸਭ ਤੋਂ ਚੰਗਾ ਧਰਮ ਹੈ। ਕਿਤੇ ਮੈਨੂੰ ਸਮਝ ਪੈ ਜਾਏ ਕਿ ਅਸੀਂ ਸਾਰੇ ਇੱਕ ਹਾਂ, ਕੋਈ ਹੋਰ ਜ਼ਾਤ ਨਹੀਂ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਕਿਤੇ ਮੈਨੂੰ ਉਹ ਵਾਹਿਗੁਰੂ ਭੁੱਲ ਨਾ ਜਾਵੇ, ਕਿਤੇ ਮੈਨੂੰ ਇਹ ਸਮਝ ਭੁੱਲ ਨਾ ਜਾਵੇ ਕਿ ਅਸੀਂ ਉਸ ਇੱਕ ਪਿਤਾ ਦੇ ਬਾਰਕ ਹਾਂ। ਗੁਰਾ ਦੇਹ ਬੁਝਾਈ, ਗੁਰਾ ਇੱਕ ਦੇਹ ਬੁਝਾਓ, ਸਭਨਾ ਜੀਆਂ ਕਾ ਸਭਨਾ ਇਤਨੀ ਦਾਸਰੀ ਦਾਸਰਿਆਂ ਵੱਲੋਂ ਸੇਵਾ ਕਬੂਲ ਕਰ ਲੈਣੀ ਜੀ। ਦਸਰਿਆਂ ਤੋਂ ਬਾਅਦ ਬੜੇ ਸਨਮਾਨਯੋਗ ਕੀਰਤਨੀਏ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਆਪ ਜੀ ਨੂੰ ਕੀਰਤਨ ਦੁਆਰਾ ਸਤਿਗੁਰਾਂ ਦੇ ਚਰਨਾਂ ਨਾਲ ਜੋੜਨ ਦਾ ਉਪਰਾਲਾ ਕਰਨਗੇ ਜੀ। ਇੱਕ ਬੇਨਤੀ, ਸਿੱਖ ਨੌਜਵਾਨ ਸਭਾ ਦੇ ਵੀਰਾਂ ਵੱਲੋਂ ਗੁਰਦੁਆਰਾ ਸਾਹਿਬ ਪਾਤਾਲਿੰਗ ਜਾਇਆ ਪੀ ਜੇ ਗੁਰਦੁਆਰਾ ਸਾਹਿਬ ਵਿਖੇ ਇਸੇ 6 ਅਪ੍ਰੈਲ ਤੋਂ 9 ਅਪ੍ਰੈਲ ਤੱਕ ਵਿਸਾਖੀ ਦੇ ਸਮਾਗਮ ਕਰਾਏ ਜਾ ਰਹੇ ਹਨ। ਹਾਂਜੀ, ਗ੍ਰੈਂਡ ਵਿਸਾਖੀ ਜੀ, ਇੰਗਲਿਸ਼ ਵਿੱਚ ਥੋੜ੍ਹਾ ਜਿਹਾ ਵੱਡਾ ਕਰਕੇ। ਸੋ ਇਹ ਵਿਸ਼ੇਸ਼ ਸਮਾਗਮ ਹਨ ਜੀ। ਉਹਦੇ ਵਿੱਚ ਦਸਰਿਆਂ ਤੋਂ ਇਲਾਵਾ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ, ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਤਵਨੀਤ ਸਿੰਘ ਜੀ ਚੰਡੀਗੜ੍ਹ ਵਾਲੇ, ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਬਲਪ੍ਰੀਤ ਸਿੰਘ ਜੀ, ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ, ਅਸੀਂ ਸਾਰੇ ਰਲ ਮਿਲ ਕੇ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਾਂਗੇ, ਰਲ ਮਿਲ ਬੈਠਾਂਗੇ, ਸਤਿਗੁਰਾਂ ਦੀ ਉਸਤਤ ਕਰਾਂਗੇ, ਸਿਫਤ ਸਲਾਹ ਕਰਾਂਗੇ ਜੀ। ਭੁੱਲ ਚੁੱਕ ਦੀ ਖਿਮਾ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਪਾਸੋਂ ਕੀਰਤਨ ਸ਼੍ਰਵਣ ਕਰਦੇ ਹਾਂ ਜੀ। ਇੱਕ ਜਕਾਰੇ ਦੀ ਬਖਸ਼ਿਸ਼ ਕਰ ਦਿਓ ਜੀ।